ਨਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੂਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਸੈਂਬਲੋਂ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਸੋਇਕ ਅੱਜ ਵਿਸਾਖੀ ਆ ਰਿਹਾ ਪਹਿਲਾਂ ਬਹੁਤ ਧੂਮ-ਤਮਨਾ ਮਨਾਇਆ ਜਾਂਦਾ ਸੀ ਤੁਹਾਨੂੰ ਦੱਸ ਦਈਏ ਕਿ ਜੋ ਕਰੋਨਾ ਵਾਇਰਸ ਹੈ ਇਸ ਮਹਾਮਾਰੀ ਨੇ ਇੱਕ ਬਹੁ ਵੱਡੀ ਜੰਗ ਬਣ ਗਈ ਹੈ ਇਹ ਜੰਗ ਨੂੰ ਜਿੱਤਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਘਰੇ ਰਹਿਣਾ ਪੈਣਾ ਹੈ ਇਹ ਸੰਡੇ ادارے ਵੱਲੋਂ ਵੀ ਅਪੀਲਿਆ ਸਰਕਾਰ ਵੱਲੋਂ ਵੀ ਅਪੀਲਿਆ ਹਦਾਇਤਾਂ ਦਿੱਤੀਆਂ ਗਈਆਂ ਵੀ ਤੁਸੀਂ ਘਰ ਰਹੋ ਤਾਂ ਹੀ ਆਪਾਂ ਇਸ ਜੰਗ ਨੂੰ ਜਿੱਤੇ ਜਾਵਾਂਗੇ ਤਾਨੂੰ ਦੱਸ ਦਈਏ ਕਿ ਜੋ ਮਹਾਮਾਰੀਆ ਇੱਕ ਅਜੇਹੀ ਮਹਾਮਾਰੀਆ ਇੱਕ ਜੰਗ ਬਣੀ ਪਈ ਆ ਸੋ ਆਪਾਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਇਸ ਜੰਗ ਨੂੰ ਜਿੱਤਣਾ ਹੈ ਇਸ ਜੰਗ ਨੂੰ ਜਿੱਤਣ ਵਾਸਤੇ ਆਪਾਂ ਨੂੰ ਘਰੇ ਰਹਿਣਾ ਪੈਣਾ ਹੈ ਤੁਹਾਨੂੰ ਦੱਸ ਦਈਏ ਕਿ ਕਿੰਨੇ ਤਿਉਹਾਰ ਕਿੰਨੀਆਂ ਖੁਸ਼ੀਆਂ ਜੋ ਕਿ ਆਪਣੇ ਤੋਂ ਵਾਂਝੀਆਂ ਹੋ ਰਹੀਆਂ ਨੇ ਸੋ ਮੈਂ ਆਸ ਕਰਦਾ ਹਾਂ ਕਿ ਆਪਾਂ ਅਗਲੀਆਂ ਖੁਸ਼ੀਆਂ ਅਗਲੇ ਤਿਉਹਾਰ ਮਨਾਈਏ ਰਲ ਮਿਲ ਕੇ ਮਨਾਈਏ ਸੋ ਇਸ ਜੰਗ ਨੂੰ ਹਰਾ ਦਈਏ ਮੈਂ ਆਸ ਕਰਦਾ ਹਾਂ ਦੁਬਾਰਾ ਫਿਰ ਬੇਨਤੀ ਕਰਦਾ ਹਾਂ ਆਪਾਂ ਘਰੇ ਰਹੀਏ ਤਾਂ ਇਸ ਤੁਹਾਨੂੰ ਨਵਾਗੇ ਸਾਥੀਆ ਤਵਾਰਿਆ ਕਣਕ ਦੀ ਜੋ ਕਿ ਉਹ ਸ਼ੁਰੂ ਹੋ ਜਾਣੀ ਹੈ ਕਟਾਈ ਵੀ ਸ਼ੁਰੂ ਹੋ ਜਾਣੀ ਹੈ ਆਉਣ ਵਾਲੇ ਤਿਹਾਰ ਆਪਾਂ ਖੁਸ਼ੀਆਂ ਨਾਲ ਮਨਾਈਏ ਤਾਂ ਇਸ ਅੱਜ ਜੋ ਆਪਾਂ ਘਰੇ ਬੈਠ ਕੇ ਤਿਹਾਰ ਮਨੋਨੇ ਪਏ ਅਗਲੇ ਤਿਹਾਰ ਆਪਾਂ ਖੁਸ਼ੀਆਂ ਮਿਲਿਆ ਨਾਲ ਮਨਾਈਏ ਮੈਂ ਆਸ ਕਰਦਾ ਹਾਂ ਕਿ ਤੁਸੀਂ ਸੁਪੀਲ ਨੂੰ ਮੰਨੋ ਆਪਾਂ ਕਰਦੇ ਰਹੀਏ ਤਾਂ ਇਸ ਜੰਗ ਨੂੰ ਜਿੱਤ ਲਈਏ ਕੈਮਰਾ ਪਰਸਨ ਸ਼ੁਭਮ ਦੇ ਨਾਲ ਦਵਿੰਦਰ ਸਹਿਬ ਐਨ ਐਨ ਐ